ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਅਤੇ ਉਹਨਾਂ ਨੂੰ ਸਾਹਮਣੇ ਤੋਂ ਆ ਰਹੇ ਕੈਂਟਰ ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਚੰਡੀਗੜ੍ਹ ਬਾਈਪਾਸ ਤੇ ਆ ਰਹੇ ਕੈਂਟਰ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਪੁਲਿਸ ਨੂੰ ਕੈਂਟਰ ਵਿੱਚੋਂ 15 ਕਿਲੋ ਚੋਰਾ ਪੋਸਤ ਬਰਾਮਦ ਹੋਇਆ ਅਤੇ ਕੈਂਟਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਫੜੇ ਗਏ ਆਰੋਪੀਆਂ ਦਾ ਨਾਂ ਕੁਲਦੀਪ ਕੁਮਾਰ ਅਤੇ ਲਵਪ੍ਰੀਤ ਦੱਸਿਆ ਜਾ ਰਿਹਾ, ਜੋ ਕਿ ਬਲਾਚੌਰ ਦੇ ਰਹਿਣ ਵਾਲੇ ਨੇ। ਫਿਲਹਾਲ ਪੁਲਿਸ ਨੇ ਫੜੇ ਗਏ ਆਰੋਪੀਆਂ ਤੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਜਿਹੜੀ ਚਲਾਈ ਜਾ ਰਹੀ ਹੈ ਨਸ਼ੇ ਖਿਲਾਫ ਮੁਹਿੰਮ, ਇਹਦੇ ਤਹਿਤ ਅੱਜ ਜਿਹੜੇ ਸੀਗੇ ਆਪਣੇ ਮੁਲਾਜ਼ਮ ਗਸ਼ਤ ਕਰ ਰਹੇ ਸੀਗੇ ਇਲਾਕਾ, ਅਤੇ ਦੌਰਾਨੇ ਇਲਾਕਾ ਗਸ਼ਤ ਇੱਕ ਕੈਂਟਰ ਆ ਰਿਹਾ ਸੀਗਾ, ਉਹਨੂੰ ਰੋਕ ਕੇ ਜਦੋਂ ਚੈੱਕ ਕੀਤਾ ਅਤੇ ਉਹਨਾਂ ਨੂੰ ਨਸ਼ੀਲਾ ਪਦਾਰਥ ਜਾਪਿਆ, ਅਤੇ ਫਿਰ ਮੌਕੇ 'ਤੇ ਅਸੀਂ ਆਈ ਓ ਭੇਜਿਆ ਆਪਣਾ ਉੱਥੇ ਸਬ ਇੰਸਪੈਕਟਰ ਅਜੀਤ ਸਿੰਘ ਜੀ, ਜਿਹਨਾਂ ਜਾ ਕੇ ਉੱਥੇ ਚੈੱਕ ਕੀਤਾ ਅਤੇ ਉਹ ਜਿਹੜਾ ਸੀਗਾ ਬੋਰੀ ਵਿੱਚੋਂ ਚੂਰਾ ਪੋਸਟ 15 ਕਿਲੋ ਜਿਹੜੇ ਬਰਾਮਦ ਹੋਏ। ਇਹ ਬਲਾਚੌਰ ਦੇ ਏਰੀਏ ਦੇ ਰਹਿਣ ਵਾਲੇ ਆ ਅਤੇ ਦੋ ਜਾਣੇ ਸੀਗੇ। ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।